जालंधर शहर के कई चौराहों पर आज होली के दौरान हुल्लड़बाजी करते हुए लोगों के चालान काटे गए। इसके साथ ही उनके कोरोना टेस्ट भी करवाए गए। डिवीजन नंबर 4 के सब इंस्पेक्टर भगत वीर ने बताया कि जो लोग हुल्लड़बाजी करते हुए सड़कों में होली मना रहे हैं, उनके चालान के साथ कोरोना का टेस्ट भी करवाया जा रहा है। अभी तक हुल्लड़बाजी करते हुए लोगों के 10 चालान काटे जा चुके हैं, वहीं पर 100 के करीब कोरोना टेस्ट भी करवाए जा चुके हैं। देखिए जालंधर से ईशान जनेजा की रिपोर्ट। ਤਿਉਹਾਰ ਹੋਲੀ ਦਾ ਤਿਉਹਾਰ ਹੈ ਤੇ ਜਿਹੜੇ ਹੁੱਲੜਬਾਜ਼ੀ ਕਰਦੇ ਹੋਏ ਹੋਲੀ ਮੁੰਡੇ ਨੇ ਕੀ ਕਾਰਵਾਈ ਕੀਤੀ ਹੈ, ਚਲਾਨ ਕੱਟੇ ਰਹੇ ਕਿੱਦਾਂ? ਬਿਲਕੁਲ ਬ੍ਰਦਰ, ਜਿਹੜੇ ਆਪਣੇ ਹੁੱਲੜਬਾਜ਼ੀ ਕਰ ਰਹੇ ਨੇ ਹੋਲੀ ਦੇ ਮੌਕੇ ਦੇ, ਉਹਨਾਂ ਦੇ ਮਾਸਕ ਦੇ ਚਲਾਨ ਵੀ ਕੱਟੇ ਜਾ ਰਹੇ ਨੇ, ਟ੍ਰਿਪਿੰਗ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਉਹਨਾਂ ਦਾ ਮੈਡੀਕਲ ਕਰੋਨਾ ਟੈਸਟ ਵੀ ਕਰਵਾਇਆ ਜਾ ਰਿਹਾ। ਹੁਣ ਤੱਕ ਕਿੰਨੇ ਚਲਾਨ ਹੋ ਗਏ ਭਾਈ? ਮੈਡਮ ਹੁਣ ਤੱਕ 10 ਦੇ ਕਰੀਬ ਚਲਾਨ ਹੋ ਗਏ। ਸਰ ਦੇਖਿਆ ਜਾਵੇ ਕਈ ਟ੍ਰਿਪਲ ਰਾਈਡਿੰਗ ਕਰਕੇ ਵੀ ਹੁੱਲੜਬਾਜ਼ੀ ਕਰਕੇ ਜਾ ਰਹੇ, ਢੋਲ ਵਗੈਰਾ ਲੈ ਰਹੇ, ਉੱਥੇ ਕੀ ਕਾਰਵਾਈ ਕੀਤੀ ਪਲੱਸ ਚਲਾਨ ਤੋਂ ਇਲਾਵਾ? ਚਲਾਨ ਤੋਂ ਇਲਾਵਾ ਬ੍ਰਦਰ ਚਲਾਨ ਹੀ ਕੱਟੇ ਜਾ ਰਹੇ ਨੇ, ਜੇ ਕੋਈ ਜ਼ਿਆਦਾ ਹੁੱਲੜਬਾਜ਼ੀ ਕਰ ਰਿਹਾ ਤਾਂ ਡਿਊਟੀ ਆਫਸਰ ਦੇ ਭੇਜਿਆ ਜਾ ਰਿਹਾ। ਟੈਸਟ ਕਿੰਨੇ ਕੁ ਹੋ ਚੁੱਕੇ ਹਾਲੇ? ਬ੍ਰਦਰ ਟੈਸਟ 100 ਪਲੱਸ ਹੋ ਗਿਆ। ਸਰ ਕੀ ਨਾਮ ਆਪਣਾ? ਮੇਰਾ ਭਗਤ ਵੀਰ ਸਿੰਘ ਸਾਹਿਬ।